ਪੈਟਰੋਲ ਪੰਪ ਤੋਂ 3 ਅਣਪਛਾਤੇ ਲੋਕਾਂ ਨੇ ਮੋਟਰਸਾਈਕਲ 'ਤੇ ਆ ਕੇ ਗਨ ਪੁਆਇੰਟਸ 'ਤੇ 50,000 ਰੁਪਇਆ ਸਨੈਚ ਕੀਤਾ, ਅਤੇ ਉਸ ਤੋਂ ਪਹਿਲਾਂ ਇੱਕ ਮੋਟਰਸਾਈਕਲ ਪਲੈਟੀਨਾ ਇਹਨਾਂ ਨੇ ਸਨੈਚ ਕੀਤਾ ਇੱਕ ਪ੍ਰਵਾਸੀ ਮਜ਼ਦੂਰ ਤੋਂ ਉਹਦੀ ਮਾਰਪਿਟਾਈ ਕਰਕੇ। ਅਤੇ ਉਸ ਤੋਂ ਨੈਕਸਟ ਇੰਸੀਡੈਂਟ ਜਿਹੜਾ ਹੈਗਾ 17 ਤਾਰੀਖ ਨੂੰ ਕੀਤਾ ਦਸਵਾ 'ਚ, ਜਿੱਥੇ ਇਹਨਾਂ ਨੇ ਇੱਕ ਪੈਟਰੋਲ ਪੰਪ ਤੋਂ 15,000 ਰੁਪਏ ਉੱਥੇ ਜਿਹੜਾ ਕੰਮ ਕਰਨ ਵਾਲਾ ਹੈਗਾ ਵਰਕਰ ਉਹਦੇ ਤੋਂ ਫੋਕ ਕੀਤਾ ਗਨ ਪੁਆਇੰਟ 'ਤੇ ਆ ਗਈ। ਅਤੇ ਉਹ ਬੰਦਿਆਂ 'ਤੇ ਸਾਡੀ ਟੀਮ ਨੇ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਦੇ ਹੋਏ ਉਹਨਾਂ ਦੀ ਟਰੇਸ ਕਰਨ ਦੀ ਭਾਲ 'ਚ ਲੱਗੀ ਵੀ ਸੀਗੀ। ਅਤੇ ਇਨ ਬਿਟਵੀਨ ਜਿਹੜਾ ਹੈਗਾ ਉਹ ਕੱਲ੍ਹ ਉਹਨਾਂ ਦੇ ਨਾਲ ਸਾਡੀ ਟੀਮ ਦਾ ਜਦੋਂ ਟਰੇਸ ਕਰਨ 'ਤੇ ਲੱਗੀ ਵੀ ਸੀਗੀ, ਅਤੇ ਸਾਡੀ ਟੀਮ ਕਾਫੀ ਚੇਜ਼ ਕਰ ਰਹੀ ਸੀਗੀ ਉਹਨਾਂ ਨੂੰ। ਅਤੇ ਜਦੋਂ ਉਹ ਘੇਰੇ ਗਏ ਅਤੇ ਉਹਨਾਂ ਨੇ ਫਿਰ ਪੁਲਿਸ ਟੀਮ 'ਤੇ ਫਾਇਰ ਕੀਤਾ, ਐਕਸਚੇਂਜ ਆਫ ਫਾਇਰ 'ਚ ਸੈਲਫ ਡਿਫੈਂਸ 'ਚ ਜਦੋਂ ਪੁਲਿਸ ਨੇ ਉਹਨਾਂ 'ਤੇ ਗੋਲੀ ਚਲਾਈ ਅਤੇ ਦੋ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਦੋਨੋਂ ਦੋਸ਼ੀ ਉਹ ਜ਼ਖਮੀ ਹੋਏ, ਉਹਨਾਂ ਨੂੰ ਹੋਸਪਿਟਲ ਭਰਤੀ ਕਰਾਇਆ ਗਿਆ। ਅਤੇ ਫਰਦਰ ਉਹਨਾਂ ਦੀ ਜਿਹੜੀ ਪ੍ਰਾਇਮਰੀ ਪੁੱਛਤਾਛ ਤੋਂ ਜਿਹੜਾ ਹੈਗੇ ਦੋ ਹੋਰ ਦੋਸ਼ੀ ਆਈਡੈਂਟੀਫਾਈ ਕੀਤੇ ਗਏ। ਅਤੇ ਜਿਹੜੇ ਦੋ ਦੋਸ਼ੀ ਪਹਿਲਾਂ ਫੜੇ ਅਸੀਂ ਉਹਨਾਂ ਦੇ ਨਾਮ, ਇੱਕ ਦਾ ਨਾਮ ਅਸ਼ੋਕ ਕੁਮਾਰ ਅਤੇ ਦੂਸਰੇ ਦਾ ਨਾਮ ਜਿਹੜਾ ਹੈਗਾ ਉਹ ਮੋਹਨ ਕੁਮਾਰ ਸੀਗਾ, ਅਤੇ ਉਹਨਾਂ ਦੀ ਪਛਾਣ 'ਤੇ ਦੂਜੇ ਦੋ ਦੋਸ਼ੀ ਇੱਕ ਸੈਮ ਖਾਨ ਅਤੇ ਦੂਜਾ ਉਮੇਸ਼ ਫੜੇ ਗਏ। ਸੈਮ ਖਾਨ ਜਿਹੜਾ ਹੈਗਾ 3 ਕੇਸਾਂ ਦਾ PO ਹੈਗਾ ਜਲੰਧਰ ਕਮਿਸ਼ਨਰੇਟ ਦਾ, ਅਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਉਹ ਗੈਰ ਹਾਜ਼ਰ ਹੈਗਾ ਜੇਲ੍ਹ 'ਚੋਂ। ਅਤੇ ਉਸ ਤੋਂ ਇਲਾਵਾ ਜਿਹੜਾ ਉਮੇਸ਼ ਹੈਗਾ ਉਹ ਪਹਿਲਾਂ ਵੀ ਜਿਹੜਾ ਹੈਗਾ ਕਈ ਕੇਸਾਂ 'ਚ ਖੋਹ ਦੇ ਕੇਸ ਹੈਗੇ ਉਹਨਾਂ 'ਚ ਇਨਵੋਲਵ ਰਿਹਾ ਹੈਗਾ। ਅਤੇ ਇਸ ਤੋਂ ਇਲਾਵਾ ਉਮੇਸ਼ ਨੇ ਅਤੇ ਮੋਹਨ ਕੁਮਾਰ ਨੇ ਇਹਨਾਂ ਨੇ ਮਿਲ ਕੇ ਅਤੇ ਨਾਲ ਆਪਣੇ ਸਾਥੀ ਦੇ ਨਾਲ ਇਹਨਾਂ ਨੇ 2 ਵਾਰਦਾਤਾਂ ਜਲੰਧਰ ਰੂਰਲ 'ਚ ਵੀ ਕੀਤੀਆਂ ਹੈਗੀਆਂ, ਜਿਹਦੇ ਵਿੱਚ ਇੱਕ ਪੈਟਰੋਲ ਪੰਪ 'ਤੇ ਉਹਨਾਂ ਉੱਥੇ ਉਹਨਾਂ ਨੇ ਲੂਟ ਕੀਤੀ, ਜਿਹਦੇ ਵਿੱਚ ਲਗਭਗ 1,76,000 ਰੁਪਏ ਇਹਨਾਂ ਨੇ ਖੋਹ ਕੀਤੇ, ਅਤੇ ਦੂਜਾ ਇੱਕ ਗੈਸ ਏਜੰਸੀ ਦੀ ਲੂਟ ਕੀਤੀ ਜਿਹਦੇ ਵਿੱਚ ਇਹਨਾਂ ਨੇ ਲਗਭਗ 2.5 ਲੱਖ ਰੁਪਏ ਖੋਹ ਕੀਤੇ ਸੀਗੇ ਗਨ ਪੁਆਇੰਟ 'ਤੇ। ਅਤੇ ਉਹ ਕੇਸ ਵੀ ਟਰੇਸ ਹੋਏ ਹੈਗੇ, ਇਹਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਟੋਟਲ 6.5 ਕੇਸ ਟਰੇਸ ਹੋਏ ਹੈਗੇ, ਜਿਹਦੇ ਵਿੱਚ 5 ਕੇਸ ਸਾਡੇ ਟਰੇਸ ਹੋਏ ਹੈਗੇ, ਜਿਹਦੇ ਵਿੱਚ 3 ਕੇਸ ਸਾਡੇ ਹੁਸ਼ਿਆਰਪੁਰ ਦੇ ਅਤੇ 2 ਕੇਸ ਜਲੰਧਰ ਰੂਰਲ ਦੇ ਹੈਗੇ, ਅਤੇ ਇੱਕ PO ਫੜਿਆ ਗਿਆ ਹੈਗਾ ਜਿਹੜਾ 3 ਕੇਸਾਂ 'ਚ PO ਵਾਂਟਡ ਸੀ। ਹਥਿਆਰ ਕਿਹੜਾ ਬਰਾਮਦ ਹੋਇਆ? ਇਹਨਾਂ ਤੋਂ 2 ਇਲੀਗਲ ਵੈਪਨ ਜਿਹੜੇ ਹੈਗੇ ਬਰਾਮਦ ਹੋਏ ਹੈਗੇ, ਜਿਹੜਾ ਇੱਕ 32 ਬੋਰ ਦਾ ਇਲੀਗਲ ਪਿਸਟਲ ਹੈਗਾ ਅਤੇ ਦੂਸਰਾ ਇੱਕ 315 ਬੋਰ ਦਾ ਇੱਕ ਪਿਸਟਲ ਹੈਗਾ। ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਖੋਹ ਕੀਤਾ ਸੀਗਾ ਪਲੈਟਨਾ, ਉਹ ਬਰਾਮਦ ਕੀਤਾ ਗਿਆ ਹੈ। ਹਾਂਜੀ, ਜਿਹੜੀ ਇੰਸੀਡੈਂਟ ਹੋਇਆ ਜਿਹੜਾ ਹੁਣ ਕਿਉਂਕਿ ਹੋਸਪਿਟਲ 'ਚ ਭਰਤੀ ਹੈਗੇ ਉਹ, ਅਤੇ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਹੋ ਪਾਈ ਉਹਨਾਂ ਤੋਂ ਪੁੱਛਤਾਛ, ਬਟ ਜਿਹੜਾ ਹੈਗਾ ਜਦੋਂ ਇੰਸੀਡੈਂਟ ਹੋਇਆ ਉਸ ਤੋਂ ਬਾਅਦ ਇਮੀਡੀਏਟਲੀ ਇਹ ਆਪਣੇ ਹਾਈਡ ਆਊਟ ਜਿਹੜੇ ਜਲੰਧਰ 'ਚ ਹੈਗੇ ਉੱਥੇ ਨਿਕਲ ਗਏ ਸੀਗੇ ਜਿਹੜਾ ਬਾਈਕ 'ਤੇ ਬੈਠ ਕੇ। ਅਤੇ ਉੱਥੇ ਹੀ ਜਿਹੜਾ ਹੈਗਾ ਇਹਨਾਂ ਦਾ ਵੱਖਰਾ ਵੱਖਰਾ ਥਾਵਾਂ 'ਤੇ ਚੇਂਜ ਕਰਕੇ ਹੈਡ ਆਊਟ ਕਰਦੇ ਰਹਿੰਦੇ ਸੀ, ਜਿਹਦੇ ਕਰਕੇ ਲੋਕਲ ਪੁਲਿਸ ਵੀ ਇਹਨਾਂ ਨੂੰ ਫੜ ਨਹੀਂ ਪਾਉਂਦੀ ਹੈਗੀ ਕਿਉਂਕਿ ਆਪਣਾ ਚੇਂਜ ਕਰਦੇ ਰਹਿੰਦੇ ਹੈਗੇ ਆਪਣਾ ਅੱਡਾ। ਬਟ ਜਿਹੜਾ ਇਹਨਾਂ 'ਤੇ ਸਾਡੀ ਟੀਮ ਜਿਹੜੀ ਰੈਕੀ 'ਤੇ ਲੱਗੀ ਹੋਈ ਸੀਗੀ ਅਤੇ ਸਾਰਾ ਕਿਉਂਕਿ ਮੋਟਰਸਾਈਕਲ ਦੀ ਵੀ ਪਛਾਣ ਸੀਗੀ, ਇਹਨਾਂ ਦੀ ਬੰਦਿਆਂ ਦੀ ਫੋਟੋਆਂ ਵੀ ਸਾਡੇ ਕੋਲ ਆ ਗਈ ਸੀਗੀ, ਉਹਦੇ ਰਾਹੀਂ ਇਹਨਾਂ ਨੂੰ ਟਰੈਕ ਕਰਦੇ ਹੋਏ ਇਹਨਾਂ ਨੂੰ ਨਸਰਾਲੇ ਦੇ ਕੋਲ ਫਿਰ ਟਰੈਕ ਕੀਤਾ, ਮੈਂ ਵੀ ਕੋਈ ਵਾਰਦਾਤ ਵਾਪਸ ਅੰਜਾਮ ਕਰਨ ਜਾ ਰਹੀ ਸੀਗੀ ਅਤੇ ਉਸ ਦੌਰਾਨ ਜਿਹੜਾ ਇਹਨਾਂ ਨੂੰ ਫੜਿਆ ਗਿਆ। ਹਾਂਜੀ ਹਾਂਜੀ, ਉਹ ਰਿਕਵਰੀ ਕਰਵਾ ਰਹੇ ਹਾਂ ਜੀ, ਅਭੀ ਤੋਂ ਵਾਪਸ ਪਤਾ ਹੋਸਪਿਟਲ ਐਡਮਿਟ ਹੈ ਤਾਂ ਫਿਰ ਜਦ ਡਿਸਚਾਰਜ ਹੋਣਗੇ ਤਾਂ ਵੀ ਬਰਾਮਦ ਕਰ। ਇਨ ਕੇ ਉੱਪਰ ਦੇਖੋ ਆਪ, ਇਨਕਾ ਜਬ ਕ੍ਰਿਮੀਨਲ ਰਿਕਾਰਡ ਦੇਖੋਗੇ ਮੈਨੂੰ ਦਿਆ ਹੈ, ਇਨਕੇ ਉੱਪਰ NDPS ਕੇ FIR ਵੀ ਦਰਜ ਹੈ, ਸਨੈਚਿੰਗ ਕੇ FIR ਵੀ ਦਰਜ ਹੈ। ਦੈਟ ਮੀਨਸ ਕਿ ਇਹ ਕ੍ਰਿਮੀਨਲ ਮਾਈਂਡਸੈਟ ਕੇ ਬੰਦੇ ਹੈ ਜੋ ਇਸ ਤਰੀਕੇ ਕੀ NDPS ਔਰ ਸਨੈਚਿੰਗ ਕੀ ਐਕਟੀਵਿਟੀਜ਼ ਮੇਂ ਇਨਵੋਲਵ ਹੈ, ਤੋ ਨਸ਼ਾ ਕਰਤੇ ਨਹੀਂ ਹੋਂਗੇ ਇਸ ਬਾਤ ਕੋ ਨਹੀਂ ਮਾਨਾ ਜਾ ਸਕਤਾ ਹੈ, ਡੈਫੀਨੇਟਲੀ ਹੋ ਸਕਤਾ ਹੈ ਐਡਿਕਟਸ ਹੋਏ। ਠੀਕ ਹੈ, ਥੈਂਕ ਯੂ।